ਕਿਉਂਕਿ ਤੁਸੀਂ ਗਾਉਂਦੇ ਵੀ ਵਧੀਆ ਹੋ ਤੇ ਅੱਜ ਭਾਜੀ ਵੀ ਆਏ ਹੋਏ ਨੇ, ਹਨਾ ਹੋ ਜਾਣਾ ਚਾਹੀਦਾ ਜੇ ਭਾਜੀ ਕਹਿਣ ਕਿਵੇਂ ਕਰੂੰਗਾ, ਕਿਉਂ ਨਹੀਂ ਗਾਣੇ ਪਊਗਾ। ਮੈਂ ਟਰਾਈ ਕਰ ਸਕਦਾ, ਚਮਕੀਲਾ ਜੀ ਨੂੰ ਗਾਉਣਾ ਬਹੁਤ ਔਖਾ। ਮੈਂ ਤੁਹਾਨੂੰ ਇੱਕ ਮਾੜੀ ਜਿਹੀ ਸਟੋਰੀ ਦੱਸ ਦਿੰਦਾ ਇਹ ਤੋਂ ਪਹਿਲਾਂ। ਜਦੋਂ ਡੈਡੀ ਨੇ ਬਾਬਾ ਤੇਰਾ ਨਨਕਾਣਾ ਲਿਖਿਆ ਸੀ ਨਾ, ਲਿਖਣਾ ਸ਼ੁਰੂ ਕੀਤਾ, ਕਚਹਿਰੀ ਤੋਂ ਨਿਕਲੇ, ਰਿਕਸ਼ੇ ਵਾਲੇ ਨੂੰ ਆਵਾਜ਼ ਮਾਰੀ, ਉਹਨਾਂ ਕੋਲ ਟਿਕਟ ਸੀਗੀ ਜਿਹੜੀ ਸਵੇਰੇ, ਡੈਡੀ ਟਿਕਟਾਂ ਸਿੱਟਦੇ ਨਹੀਂ ਸੀ ਹੁੰਦੇ। ਬੱਸ ਦੇ ਵਿੱਚ ਜਦੋਂ ਟਿਕਟ ਮਿਲਦੀ ਹੁੰਦੀ ਸੀ ਨਾ, ਉਹਦਾ ਪਿਛਲਾ ਪਾਸਾ ਖਾਲੀ ਹੁੰਦਾ ਸੀ, ਉਹਦੀ ਟਿਕਟ ਹੁੰਦੀ ਸੀ ਨਾ। ਅੱਛਾ, ਉਹਨਾਂ ਨੇ ਕੀ ਕੀਤਾ, ਰਿਕਸ਼ੇ 'ਤੇ ਬੈਠੇ, ਉਹਨਾਂ ਦੇ ਮਨ ਦੇ ਵਿੱਚ ਇੱਕ ਥੋਟ ਆਇਆ। ਆਪਾਂ ਅਰਦਾਸ ਦੇ ਵਿੱਚ ਅਕਸਰ ਸੁਣਦੇ ਹਾਂ, ਜਿਹਨਾਂ ਗੁਰਦੁਆਰੇ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਇਟ ਮੀਨਸ ਨਨਕਾਣਾ ਸਾਹਿਬ ਜੋ ਪਾਕਿਸਤਾਨ ਦੇ ਵਿੱਚ ਹਨ, ਉਹਨਾਂ ਦਾ ਹਰ ਸਿੱਖ ਚਾਹੁੰਦਾ ਵੀ ਯਾਰ ਮੈਨੂੰ ਦਰਸ਼ਨ ਖੁੱਲ੍ਹੇ ਹੋਣ, ਵੀ ਬਾਰਡਰ ਨਾ ਹੋਵੇ, ਹੈ ਨਾ। ਉਹ ਥੋਟ ਐਜ਼ ਆ ਸਿੱਖ ਦੇ ਮਨ ਦੇ ਵਿੱਚ ਆਇਆ, ਉਹਨਾਂ ਨੇ ਉੱਥੋਂ ਫਿਰ ਉਹਦੇ ਵਿੱਚ ਜੋ ਸਮਾਜ ਵਿੱਚ ਕੁਰੀਤੀਆਂ ਚੱਲਦੀਆਂ ਨੇ ਪਾ ਕੇ ਸਾਥੋਂ ਬਾਬਾ ਖੁੱਲ੍ਹੇ ਤੇ ਨਨਕਾਣਾ ਸ਼ੁਰੂ ਕੀਤਾ। ਉਹ ਵਾਟ ਆ ਕੋਇਨਸੀਡੈਂਸ, ਜਦੋਂ ਚਮਕੀਲਾ ਜੀ ਦੇ ਆਫਿਸ ਦੇ ਬਾਹਰ ਪਹੁੰਚੇ ਉਦੋਂ ਗਾਣਾ ਕੰਪਲੀਟ ਹੋ ਗਿਆ, ਔਰ ਸਾਹਮਣੇ ਚਮਕੀਲਾ ਜੀ ਹਾਰਮੋਨੀਅਮ 'ਤੇ ਕੁਛ ਕਰ ਰਹੇ ਸੀ। ਜਾਂਦੇ ਸਟ੍ਰੇਟ ਵੇ ਉਹਨਾਂ ਨੂੰ ਦਿਖਾਇਆ ਗੀਤ, ਕਹਿੰਦੇ ਯਾਰ ਦੇਖ ਯਾਰ ਮੈਂ ਗੀਤ ਲਿਖਿਆ। ਚਮਕੀਲਾ ਜੀ ਨੇ ਪੜ੍ਹ ਕੇ ਕਿਹਾ, ਕਹਿੰਦੇ ਯਾਰ ਗੀਤ ਤੈਨੂੰ ਵੀ ਅਮਰ ਕਰੂ ਅਤੇ ਮੈਨੂੰ ਵੀ ਅਮਰ ਕਰੂ। ਅਤੇ ਡੈਡੀ ਨੇ ਉਹ ਗੀਤ 'ਚੋਂ ਲਿਖਿਆ ਸੀ, ਮਾਣਕ ਸਾਹਿਬ ਦੀ ਤਰਜ਼ 'ਤੇ ਲਿਖਿਆ ਸੀ, ਅਤੇ ਚਮਕੀਲਾ ਜੀ ਨੇ ਜੋ ਤਰਜ਼ ਬਣਾਈ ਸੀ, ਡੈਡੀ ਨੇ ਫਿਰ ਦੱਸਿਆ ਵੀ ਉਹ ਬਹੁਤ ਗੁਣੀ ਗਿਆਨੀ ਸੀ। ਉਹ ਜ਼ਬਰ ਜ਼ੁਲਮ ਦੀ ਜ਼ਾਲਿਮਾਂ ਨੇ ਹੱਦ ਮੁਕਾਈ, ਹੋਏ ਪਿਆਸੇ ਖੂਨ ਦੇ ਵਈ ਭਾਈ ਭਾਈ, ਆ ਕੀਤੀ ਇਲਤਫ ਰੰਗੀਆਂ ਕੀ ਵਰਤਿਆ ਪਾਣਾ, ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ, ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ, ਤੂੰ ਹਿੰਦੂ ਤੇ ਮੁਸਲਮਾਨ ਸੀ ਹਿੱਕ ਨਾਲ ਲਾਉਂਦਾ, ਇੱਕੋ ਰਾਮ ਰਹੀਮ ਨੇ ਗੱਲ ਬੈ ਸਮਝਾਉਂਦਾ, ਉਹ ਰਸਤੇ ਵੱਖੋ ਵੱਖਰੇ ਪਰ ਇੱਕ ਟਿਕਾਣਾ, ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ, ਉਹ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ। ਲਾਈਕ ਸਾਰਾ ਉਹ ਫਿਲਮ ਚੇਤੀ ਆ ਗਈ ਪੂਰੀ, ਮੈਂ ਪਹੁੰਚ ਗਿਆ ਸੀ। ਮੈਂ ਕਹਿੰਦਾ ਮੋਮੈਂਟਸ ਕਹਿੰਦਾ ਜਿਹੜੇ ਹੈਗੇ ਪੂਰੀ ਫੈਮਿਲੀ ਨਾਲ ਕ੍ਰੀਏਟ ਹੋਏ ਨੇ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਦਾ ਪਿਆਰ ਐਵੇਂ ਮਿਲੇ। ਮੈਂ ਕਹਿੰਦਾ ਲੋਕਾਂ ਨੂੰ ਉਹਨਾਂ ਦੀ ਕਹਾਣੀਆਂ ਪਤਾ ਲੱਗਣ, ਜਿਨ੍ਹਾਂ ਨੂੰ ਮੈਂ ਕਹਿੰਦਾ ਕਈਆਂ ਨੂੰ ਫਿਲਮ ਤੋਂ ਹੀ ਪਤਾ ਲੱਗੀ ਆ। ਬਹੁਤ ਬਹੁਤ ਧੰਨਵਾਦ ਅਤੇ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਇੱਕ ਗੱਲ ਕਹਿਣਾ ਚਾਹੁੰਦਾ, ਮੈਂ ਕੀਤੀ ਕੋਸ਼ਿਸ਼ ਕੀਤੀ, ਅਗਰ ਕਿਸੇ ਨੂੰ ਵੀ ਮੇਰੇ ਉਸ ਕਰੈਕਟਰ ਤੋਂ ਕੋਈ ਵੀ ਸ਼ਿਕਾਇਤ ਹੋਵੇ ਜਾਂ ਮਨ 'ਚ ਕੋਈ ਗੱਲ ਦੁਖੀ ਹੋਵੇ ਤਾਂ ਮੈਂ ਉਹਦੇ ਲਈ ਮਾਫੀ ਚਾਹੁੰਦਾ। ਇੱਕ ਗੱਲ ਮੈਂ ਵੀ ਕਹਿਣਾ ਚਾਹੁੰਦਾ, ਜਿਹੜਾ ਪ੍ਰੋਫੈਸ਼ਨਲ ਵਰਲਡ ਆ ਉਹਦੇ ਵਿੱਚ ਚੰਗੇ ਲੋਕ ਬਹੁਤ ਘੱਟ ਆ, ਪਰ ਜਦੋਂ ਮੈਨੂੰ ਭਾਜੀ ਦਾ ਫੋਨ ਆਇਆ ਨਾ ਕਿ ਮੈਂ ਇੱਦਾਂ ਆਉਣਾ ਚਾਹੁੰਦਾ ਵਾਂ, ਮੈਨੂੰ ਕਹਿੰਦੇ ਤੂੰ ਆਪਣੇ ਬਾਰੇ ਜ਼ਿਕਰ ਜ਼ਰੂਰ ਕਰੀ ਵੀ ਤੂੰ ਕੌਣ ਆ ਵਾਂ, ਕੌਣ ਕਿਸੇ ਨੂੰ ਹਾਈਲਾਈਟ ਕਰਦਾ ਯਾਰ ਅੱਜ ਕੱਲ੍ਹ, ਹੈ ਨਾ। ਸਿੱਧੀ ਜਿਹੀ ਗੱਲ ਆ।